ਹੇ ਮਹੰਜੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਹ ਵਿਸ਼ੇਸ਼ ਪ੍ਰੈਸ ਕਾਨਫਰੰਸ ਜੋ ਜੰਮੂ ਵਿਖੇ ਦਿਗਿਆਣਾ ਆਸ਼ਰਮ ਵਿਖੇ ਪੰਜਾਬ ਤੋਂ ਕੁਝ ਲੋਕੀ ਆ ਕੇ ਉਹਨਾਂ ਨੇ ਬਦਤਮੀਜ਼ੀ ਕੀਤੀ ਅਤੇ ਗੁੰਡਾਗਰਦੀ ਕੀਤੀ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਸੰਗਤ ਨੇ ਉਹਨਾਂ ਨੂੰ ਜੋਗ ਜੋ ਦੰਡ ਦੇਣਾ ਸੀ ਉਹ ਦਿੱਤਾ ਹੈ ਮੈਂ ਇਹ ਬੇਨਤੀ ਕਰਾਂਗਾ ਐਡਮਿਨਿਸਟ੍ਰੇਸ਼ਨ ਨੂੰ ਵੀ ਪੰਜਾਬ ਤੋਂ ਆ ਕੇ ਜੜੇ ਲੋਕੀ ਪਹਿਲੇ ਉਹ ਲੋਕੀ ਪਹੁੰਚ ਆਏ ਨੇ ਪਹੁੰਚੂ ਹੋ ਕੇ ਇੱਥੋਂ ਚਲੇ ਗਏ ਵਿਗਿਆਨਾ ਆਸ਼ਰਮ ਵਿਖੇ ਜਿਹੜਾ ਸਾਡਾ ਡੇਰਾ ਸੰਤਪੁਰਾ ਨੰਗਾਲੀ ਸਾਹਿਬ ਸਿੱਖੀ ਦਾ ਤੁਰਾ ਹੈ ਉੱਥੇ ਜਾ ਕੇ ਮਹਾਪੁਰਸ਼ਾਂ ਦੇ ਨਾਲ ਜਾਂ ਉਹਨਾਂ ਦੇ ਖਿਲਾਫ ਸਿੱਖੀ ਦੇ ਵਿਰੁੱਧ ਉਹਨਾਂ ਨੇ ਜੋ ਕਾਰਵਾਈ ਕੀਤੀ ਹੈ ਇਹ ਗੁੰਡਾਗਰਦੀ ਮੈਂ ਉਹਨਾਂ ਨੂੰ ਕਹਾਂਗਾ ਇਹ ਗੁੰਡਾਗਰਦੀ ਜੋ ਹੈ ਸਾਡੇ ਇਲਾਕੇ ਜੰਮੂ ਕਸ਼ਮੀਰ ਦੇ ਵਿੱਚ ਨਹੀਂ ਚਲੇਗੀ ਇੱਕ ਬੇਨਤੀ ਜ਼ਰੂਰ ਕਰਾਂਗਾ ਮੈਂ ਪੰਜਾਬ ਦੇ ਜੋ ਮੁਖੀਆ ਹਨ ਉਹਨਾਂ ਦੇ ਕਿ ਤੁਹਾਡੇ ਪੰਜਾਬ ਦੇ ਵਿੱਚ 90% ਲੋਕ ਜੋ ਪਤਿਤ ਨੇ ਆਪ ਜੀ ਨੂੰ ਬੇਨਤੀ ਹੈ ਆਪ ਜੀ ਉਹਨਾਂ ਦਾ ਸੁਧਾਰ ਕਰੋ ਸਾਡਾ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਬਾਟੇ ਦਾ ਜੋ ਸਹਾਇਕ ਦੇ ਕੇ ਸੰਤ ਪਾਈ ਫੈਰੂ ਸਿੰਘ ਜੀ ਨੂੰ ਸੰਤ ਪਾਈ ਰੋਚਾ ਸਿੰਘ ਜੀ ਪੰਜਾਬ ਸਿੰਘ ਜੀ ਨੂੰ ਪੁੰਛ ਵਿਖੇ ਭੇਜਿਆ ਸੀ ਉਹ ਸਿੱਖੀ ਦਾ ਜੋ ਬੀਜ ਉਹਨਾਂ ਨੇ ਬੀਜਿਆ ਹੈ ਇਸ ਵਕਤ ਜੋ 13ਵੇਂ ਮਹਾਂਪੁਰਸ਼ ਨੇ ਉਹ ਸਿੱਖੀ ਦਾ ਨਿਰੋਲ ਪ੍ਰਚਾਰ ਕਰ ਰਹੇ ਨੇ ਇਹ ਲੋਕੀ ਕੌਣ ਨੇ ਇਹਨਾਂ ਦੇ ਪਿੱਛੇ ਕੌਣ ਲੋਕੀ ਨੇ ਕਿਉਂਕਿ ਇਹ ਅਣਪਛਾਤੇ ਲੋਕੀ ਨੇ ਇਹਨਾਂ ਨੂੰ ਹੀ ਨਹੀਂ ਪਤਾ ਟੋਪੋਗ੍ਰਾਫੀ ਦਾ ਪੁੰਛ ਦਾ ਕਿ ਪੁੰਛ ਦਾ ਕੀ ਮਹੌਲ ਹੈ ਜਮੂ ਦੇ ਵਿੱਚ ਜਾ ਕੇ ਗੁਰੂ ਘਰ ਦੇ ਵਿੱਚ ਉਹਨਾਂ ਨੇ ਜੋ ਇਤਨੀ ਵੱਡੀ ਭਾਰੀ ਗੁੰਡਾਗਰਦੀ ਕੀਤੀ ਹੈ ਜੋ ਜੰਮੂ ਕਸ਼ਮੀਰ ਦੀ ਸੰਗਤ ਹੈ ਖਾਸ ਕਰਕੇ ਪੋਛ ਦੀ ਸੰਗਤ ਇਸ ਨੂੰ ਕੰਡੈਮਨਟ ਕਰਦੀ ਹੈ ਅਤੇ ਹਰ ਕਿਸ ਜਿਨ੍ਹਾਂ ਨੂੰ ਅਸੀਂ ਮਾਫ ਨਹੀਂ ਕਰਾਂਗੇ ਕਿਉਂਕਿ ਇਹ ਸਿੱਖੀ ਦਾ ਜਿਹੜਾ ਤੁਰਾ ਹੈ ਡੇਰਾ ਸੰਤ ਪੁਰਾ ਨੰਗਾਲੀ ਸਾਹਿਬ ਹੈ ਤੋ ਮੈਂ ਆਪ ਜੀ ਨੂੰ ਇੱਕ ਵਾਰ ਫਿਰ ਕਹਿ ਦਵਾਗਾ ਕਿ ਜਿਹੜੀ ਇੱਥੇ ਦੀ ਐਡਮਿਨਿਸਟ੍ਰੇਸ਼ਨ ਹੈ ਜ਼ਰੂਰ छानबीन ਕਰੇ ਇਹਨਾਂ ਦੇ ਪਿੱਛੇ ਕੌਣ ਲੋਕੀ ਨੇ ਇਹਨਾਂ ਲੋਕੀ ਲੋਕਾਂ ਦੇ ਇਸ਼ਾਰੇ ਤੇ ਇਹਨਾਂ ਨੇ ਇਹ ਕਾਰਵਾਈ ਕੀਤੀ ਹੈ ਤੋ ਆਪ ਜੀ ਮੀਡੀਆ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਬੇਨਤੀ ਕਰਾਂਗਾ ਇਸ ਤੋਂ ਬਾਅਦ ਪ੍ਰਧਾਨ ਸਾਹਿਬ ਜੀ ਆਪਣੇ ਵਿਚਾਰ ਰੱਖਣਗੇ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਸਕੱਤਰ ਸਾਹਿਬ ਨੇ ਆਪ ਜੀ ਨੂੰ ਦੱਸਿਆ ਹੈ ਕਿ ਦਿਗਿਆਨਾ ਆਸ਼ਰਮ ਦੇ ਅੰਦਰ ਕੁਝ ਵਿਅਕਤੀ ਜੋ ਨਾਂ ਨੇ ਨਿਹੰਗਾਂ ਦਾ ਇੱਕ ਚੋਲਾ ਪਾਇਆ ਹੋਇਆ ਸੀ ਉਹ ਆਕੇ ਡੇਰੇ ਦੇ ਅੰਦਰ ਪੁੱਛੇ ਦਿਗਿਆਨਾ ਆਸ਼ਰਮ ਦੇ ਅੰਦਰ ਪੁੱਜੇ ਔਰ ਸ਼੍ਰੀਮਾਨ ਮਾਨ ਸਾਹਿਬ ਜੀ ਦੇ ਨਾਲ ਕੁਝ ਉਹਨਾਂ ਨੇ ਗੱਲਬਾਤ ਕਰਨੀ ਚਾਹੀ ਔਰ ਇਸੇ ਦੌਰਾਨ ਜੋ ਕੋਈ ਉਹਨਾਂ ਨੇ ਐਸੇ ਲਫਜ਼ ਇਸਤੇਮਾਲ ਕੀਤੇ ਹੋਣੇ ਜੋ ਸੰਗਠਾ ਨੇ برداشت ਨਹੀਂ ਕੀਤਾ ਔਰ ਸੰਗਠਾ ਨੇ ਜੋ ਹੈ ਉਹਨਾਂ ਨੂੰ ਫੜਿਆ ਔਰ ਉਹਨਾਂ ਨੂੰ ਕਾਫੀ ਜੋ ਜੋ ਜਾਇਜ਼ ਜੋ ਵੀ ਡੰਡ ਹੋ ਸਕਦਾ ਸੀ ਉਹਨਾਂ ਨੇ ਉੱਥੇ ਦਿੱਤਾ ਹੈ ਮੈਂ ਜੋ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਬਾਹਰ ਤੋਂ ਕੋਈ ਵੀ ਵਿਅਕਤੀ ਆਂਦਾ ਹੈ ਉਹ ਕਿਹੜਾ ਡਰੈਸ ਪਾ ਕੇ ਆਵੇ ਚੋਲਾ ਪਾ ਕੇ ਆਵੇ ਔਰ ਪੁਛਦੇ ਅੰਦਰ ਧਰਤੀ ਦੇ ਅੰਦਰ ਆ ਕੇ ਉਹ ਆਪਣੀ ਜੋ ਹੈ ਇਹਨ ਮਨਵਾਣਾ ਚਾਵੇ ਔਰ ਪੁੰਛ ਦੇ ਅੰਦਰ ਵੀ ਉਹਨਾਂ ਵਿਅਕਤੀਆਂ ਨੇ ਇੱਕ ਸਰਦਾਰ ਜਗਜੀਤ ਸਿੰਘ ਜੀ ਦੁਖਿਆ ਉਹਨਾਂ ਨੂੰ ਫੋਨ ਦੇ ਉੱਤੇ ਕਾਫੀ ਉਹਨਾਂ ਨੂੰ ਧਮਕੀਆਂ ਦਿੱਤੀਆਂ ਔਰ ਕਾਫੀ ਕੁਝ ਕਹਿਣ ਦੀ ਯਤਨ ਕੀਤਾ ਹੈ ਪਰ ਮੈਂ ਸਮਝਦਾ ਹਾਂ ਕਿ ਇਹ ਲੋਕੀ ਜੋ ਪੰਜਾਬ ਤੋਂ ਆਏ ਉਹਨਾਂ ਨੂੰ ਕਿਵੇਂ ਪਤਾ ਚੱਲਿਆ ਕਿ ਜਗਜੀਤ ਸਿੰਘ ਦੁਖਿਆ ਕੌਣ ਹੈ ਉਸ ਦਾ ਟੈਲੀਫੋਨ ਨੰਬਰ ਕਿਹੜਾ ਹੈ ਸ਼੍ਰੀਮਾਨ ਮਾਨਸਾਹਬ ਜੀ ਡਿਗਿਆਣਾ ਕਿੱਥੇ ਰਹਿੰਦੇ ਨੇ ਕਿੱਥੇ ਬੈਠਦੇ ਨੇ ਇਹ ਸਾਰੀ ਕੋਈ ਨਾ ਕੋਈ ਗੱਲਬਾਤ ਜਿਹੜੀ ਹੈ ਕੋਈ ਐਸੀ ਕਾਂਸਪਾਇਰੇਸੀ ਕਿਦਰਾਂ ਕਿਦਰੇ ਰੋਡ ਡਵੈਲਪ ਕੀਤੀ ਗਈ ਕੋਈ ਨਾ ਕੋਈ ਪਿਛੋਕੜ ਇਹਨਾਂ ਦਾ ਜ਼ਰੂਰ ਹੋਵੇਗਾ ਜਿਨ੍ਹਾਂ ਨੇ ਉਹਨਾਂ ਲੋਕਾਂ ਨੂੰ ਪ੍ਰੇਰ ਕੇ ਇਸ ਕਿਸਮ ਦੀ ਹਰਕਤ ਜਿਹੜੀ ਹੈ ਕਰਵਾਈ ਹੈ ਮੈਂ ਇੱਥੇ ਦੇ ਐਸਐਸਪੀ ਸਾਹਿਬ ਇੱਥੇ ਦੇ ਜੋ ਡੀਸੀ ਸਾਹਿਬ ਨੇ ਆਏ ਨੇ ਮੈਂ ਉਹਨਾਂ ਪ੍ਰਤੀ ਬੇਨਤੀ ਜ਼ਰੂਰ ਕਰਾਂਗਾ ਕਿ ਪੁੰਛ ਦੇ ਅੰਦਰ ਬਾਹਰ ਤੋਂ ਕੋਈ ਵੀ ਵਿਅਕਤੀ ਕੋਈ ਉਗਰਾਹੀ ਦਾ ਬਹਾਨਾ ਬਣਾ ਕੇ ਆਵੇ ਕੋਈ ਪ੍ਰਚਾਰ ਦਾ ਬਹਾਨਾ ਬਣਾ ਕੇ ਆਵੇ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਵਿਅਕਤੀ ਆਂਦਾ ਹੈ ਤੇ ਜਦ ਤੱਕ ਉਹ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਆਪਣੀ ਪਰਮਿਸ਼ਨ ਨਹੀਂ ਲੈਂਦਾ ਯਾ ਉੱਥੇ ਆ ਕੇ ਆਪਣਾ ਸਰਟੀਫਾਈ ਨਹੀਂ ਕਰਦਾ ਕਿ ਮੈਂ ਕੌਣ ਹਾਂ ਕਿੱਥੋਂ ਆਇਆ ਹਾਂ ਤਦ ਤੱਕ ਉਸ ਨੂੰ ਇਸ ਗੁਰੂ ਘਰਾਂ ਦੇ ਅੰਦਰ ਔਰ ਯਾ ਇਸ ਪੁੰਛ ਦੇ ਅੰਦਰ ਪ੍ਰਚਾਰ ਵਾਸਤੇ ਕਿਸੇ ਨੂੰ ਨਾ ਭੇਜਿਆ ਜਾਵੇ ਮੈਂ ਇਸੇ ਤਰ੍ਹਾਂ ਬੇਨਤੀ ਕਰਾਂਗਾ ਚਾਹੇ ਉਹ ਇਸਲਾਮ ਨੂੰ ਮੰਨਣ ਵਾਲੇ ਵਿਅਕਤੀ ਹੋਵੇ ਚਾਹੇ ਉਹ ਸਨਾਤਨ ਧਰਮ ਨੂੰ ਮੰਨਣ ਵਾਲੇ ਵਿਅਕਤੀ ਹੋਣ ਬਾਹਰ ਤੋਂ ਕੋਈ ਵੀ ਵਿਅਕਤੀ ਆਂਦਾ ਹੈ ਉਸ ਦੀ ਪ੍ਰਾਪਰ छानबीन ਜਿਹੜੀ ਹੈ ਇੱਥੇ ਦੀ ਜੋ ਆਰਗੇਨਾਈਜੇਸ਼ਨ ਹੈ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਇਹ ਇਲੈਕਟਿਡ ਬਾਡੀ ਹੈ ਇਸੇ ਤਰ੍ਹਾਂ ਸਨਾਤਨ ਧਰਮ ਸਭਾ ਹੈ ਇਸੇ ਤਰ੍ਹਾਂ ਜੋ ਸਾਡੇ ਮੁਸਲਮਾਨ ਵੀਰ ਨੇ ਉਹਨਾਂ ਦੀਆਂ ਆਰਗੇਨਾਈਜੇਸ਼ਨਸ ਨੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਪੁੱਛਤੇ ਅੰਦਰ ਕਿਹੜਾ ਬੰਦਾ ਪ੍ਰਚਾਰ ਵਾਸਤੇ ਆਇਆ ਹੈ ਤੋਂ ਮੈਂ ਡੀਸੀ ਸਾਹਿਬ ਨੂੰ ਐਸਪੀ ਸਾਹਿਬ ਨੂੰ ਇਹ ਬੇਨਤੀ ਜ਼ਰੂਰ ਕਰਾਂਗਾ ਕਿ ਇਸ ਤਰੀਕੇ ਦੇ ਕੋਈ ਹਾਲਾਤ ਨਾ ਬਣਾਂਦਾ ਯਤਨ ਕੀਤਾ ਜਾਵੇ ਪੰਜਾਬ ਦੀ ਪੋਲਿਟਿਕਸ ਪੰਜਾਬ ਤੱਕ ਰੱਖੀ ਜਾਵੇ ਔਰ ਪੰਜਾਬ ਦੀ ਜੋ ਹਾਲਤ ਹੈ ਜਿਵੇਂ ਸਕੱਤਰ ਸਾਹਿਬ ਨੇ ਆਪ ਜੀ ਨੂੰ ਦੱਸਿਆ ਹੈ ਕਿ ਪੰਜਾਬ ਦੀ ਹਾਲਤ ਦੇਖੋ ਕਿ ਨੌਜਵਾਨ ਸਾਰੇ ਜਿਹੜੇ ਨੇ ਉਹ ਨਸ਼ਿਆਂ ਦੇ ਵਿੱਚ ਜੋ ਹੈ ਗਲਤਾਨ ਹੋਏ ਫਿਰਦੇ ਨੇ ਔਰ ਜੋ ਕਈ ਤਰ੍ਹਾਂ ਦੀਆਂ مصیبتਾਂ ਪੰਜਾਬ ਦੇ ਅੰਦਰ ਪਤਿਤਪੂਣਾ ਦੇਖਿਆ ਜਾਵੇ ਤੇ ਕਿਸ ਹੱਦ ਤੱਕ ਪਤਿਤਪੂਣਾ ਪੰਜਾਬ ਦੇ ਅੰਦਰ ਹੈ ਔਰ ਅੱਜ ਪੰਜਾਬ ਦੇ ਉਹ 4 ਦਿਨ ਅਜੋ ਉਹਨਾਂ ਦੇ ਵਿੱਚੋਂ ਕੁਝ ਵਿਅਕਤੀ ਜਿਹੜੇ ਨੇ ਜਿਨ੍ਹਾਂ ਦੀਆਂ ਦਸਤਾਰਾਂ ਖੋਲੀਆਂ ਗਈਆਂ ਉੱਥੇ ਦੇਖਿਆ ਗਿਆ ਕਿ ਉਹਨਾਂ ਦੇ ਸਿਰ ਤੇ ਬਾਲ ਹੀ ਨਹੀਂ ਸਨ ਪਰ ਇਸ ਕਿਸਮ ਦੇ ਵਿਅਕਤੀ ਜਿਨ੍ਹਾਂ ਨੂੰ 4 ਦਿਨ ਹੋਇਆ ਕਿ ਉਹ ਅੰਮ੍ਰਿਤ ਛੱਕ ਕੇ ਉਹ ਪੰਥ ਦੇ ਵਿੱਚ ਸ਼ਾਮਲ ਹੋ ਰਹੇ ਨੇ ਔਰ ਉਹ ਅੱਜ ਆ ਕੇ ਸਾਨੂੰ ਆ ਕੇ ਇੱਥੇ ਗੁਰਪੰਥ ਦਾ ਪ੍ਰਚਾਰ ਕਰ ਰਹੇ ਨੇ ਉਹ ਵੀਰੋ ਜੇ ਐਕੀ ਦੇ ਅੰਦਰ ਕਿਸੇ ਪ੍ਰਚਾਰ ਤੁਹਾਡੇ ਦੀ ਲੋੜ ਨਹੀਂ ਹੈ ਤੁਸੀਂ ਪੰਜਾਬ ਦੇ ਅੰਦਰ ਪ੍ਰਚਾਰ ਕਰੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਉਪਰ ਕੱਢੋ ਉਹਨਾਂ ਨੂੰ ਅੰਮ੍ਰਿਤਧਾਰੀ ਬਣਾਓ ਉਹਨਾਂ ਨੂੰ ਸਾਬਤ ਸੂਰਤ ਬਣਾਓ ਜੋ ਹਲ ਤੁਹਾਡੇ ਪੰਜਾਬ ਦੀ ਹੈ ਤੁਸੀਂ ਕਿਸ ਹیثیت ਦੇ ਨਾਲ ਔਰ ਕਿਸ ਸੋਚ ਦੇ ਨਾਲ ਕੁਝ ਪੁਸਤੇ ਅੰਦਰ ਆ ਕੇ ਇਸ ਕਿਸਮ ਦੀ ਗੱਲਾਂ ਕਰ ਰਹੇ ਹੋ ਔਰ ਇੱਕ ਗੁੰਡਾਗਰਦੀ ਜਿਹੜੀ ਹੈ ਉਟ ਗਿਆਨ ਆਸ਼ਰਮ ਦੇ ਅੰਦਰ ਕੀਤੀ ਗਈ ਹੈ ਤੋਂ ਮੈਂ ਡੀਜੀ ਸਾਹਿਬ ਨੂੰ ਵੀ ਜੋ ਇੱਥੇ ਦੇ ਐਡੀਸ਼ਨਲ ਡੀਜੀ ਸਾਹਿਬ ਨੇ ਆਈਜੀ ਸਾਹਿਬ ਨੇ ਮੈਂ ਸਾਰੀ ਪੁਲਿਸ ਐਡਮਿਨਿਸਟ੍ਰੇਸ਼ਨ ਨੂੰ ਔਰ ਐਲਜੀ ਸਾਹਿਬ ਨੂੰ ਇਸ ਇਸ ਪ੍ਰੈਸ ਕਾਨਫਰੰਸ ਦੇ ਰਹੀਂ ਮੈਂ ਬੇਨਤੀ ਕਰਦਾ ਹਾਂ ਕਿ ਇੱਕ ਬਹੁਤ ਵੱਡੀ ਇਨਕੁਆਇਰੀ ਪਿਠਾਕੇ ਕਰਕੇ ਔਰ ਇਨਾਂ ਲੋਕਾਂ ਨੂੰ ਜੋ ਸਖਤ ਤੋਂ ਸਖਤ ਡੰਡ ਜਿਹੜਾ ਹੈ ਉਹ ਦਿੱਤਾ ਜਾਵੇ ਤਾਂ ਕਿ ਇਸ ਕਿਸਮ ਦਾ ਮਾਹੌਲ ਜਿਹੜਾ ਇੱਥੇ ਕੋਈ ਖਰਾਬ ਕਰਨ ਦਾ ਕੋਸ਼ਿਸ਼ ਨਾ ਕਰੇ ਮੈਂ ਇੱਥੇ ਦੇ ਨੌਜਵਾਨ ਵੀਰਾਂ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦਾ ਹਾਂ ਕਿ ਸਾਰਿਆਂ ਨੇ ਬੜੇ ਅੱਛੇ ਢੰਗ ਦੇ ਨਾਲ ਕਿਸੇ ਕਿਸਮ ਦੇ ਜਜ਼ਬਾਤ ਜਿਹੜੇ ਨੇ ਉਹਨਾਂ ਨੇ ਆਪਣੇ ਇਸ ਤਰ੍ਹਾਂ ਐਕਸਪ੍ਰੈਸ ਨਹੀਂ ਕੀਤੇ ਔਰ ਇੱਕ ਪ੍ਰੈਸ ਕਾਨਫਰੰਸ ਦੀ ਸ਼ਕਲ ਵਿੱਚ ਸਾਰੇ ਇਕੱਠੇ ਹੋ ਕੇ ਅਸੀਂ ਇਹ ਜੋ ਮਤਲਬਾ ਹੈ ਇਹ ਜੋ ਸਾਡੀ ਡਿਮਾਂਡ ਹੈ ਅਸੀਂ ਇੱਥੇ ਦੇ ਐਸ.ਐਸ.ਸੀ. ਸਾਹਿਬ ਇੱਥੇ ਦੇ ਡੀ.ਸੀ. ਸਾਹਿਬ ਔਰ ਡੀ.ਜੀ. ਸਾਹਿਬ ਆਈ.ਜੀ. ਸਾਹਿਬ ਏ.ਡੀ.ਜੀ. ਸਾਹਿਬ ਸਾਰੇ ਨੂੰ ਅਸੀਂ ਬੇਨਤੀ ਕਰਦੇ ਹਾਂ ਔਰ ਵਿਸ਼ੇਸ਼ ਤੌਰ ਤੇ ਐਲਜੀ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇੱਕ ਥਾਰੋ ਇਨਡੈਕਟ ਇਨਕੁਆਰੀ ਜਿਹੜੀ ਹੈ ਇਸ ਹਾਦਸੇ ਦੀ ਹੋਣੀ ਚਾਹੀਦੀ ਹੈ ਔਰ ਇਹਦੀ ਬੈਕਗ੍ਰਾਉਂਡ ਜਿਹੜੀ ਹੈ ਕਿਹੜੇ ਲੋਕਾਂ ਨੇ ਇਹਨਾਂ ਨੂੰ ਪ੍ਰੇਰਿਆ ਕਿਸ ਕਿਸਮ ਦੇ ਲੋਕਾਂ ਨੇ ਇਹਨਾਂ ਨੂੰ ਗੁੰਮਰਾ ਕੀਤਾ ਔਰ ਇਸ ਕਿਸਮ ਦਾ ਹਾਦਸਾ ਜਿਹੜਾ ਹੋਇਆ ਹੈ ਤੋਂ ਮੈਂ ਇੱਕ ਵਾਰ ਫਿਰ ਸਾਰੇ ਸੰਗਤਾਂ ਦਾ ਔਰ ਵਿਸ਼ੇਸ਼ ਤੌਰ ਤੇ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਬੋਲਦੇ ਆ ਵਾਦ ਕੱਟ ਲਫਜ਼ ਨਿਕਲੇ ਹੋਣੇ ਕਿ ਮੈਂ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ